ਆਪਣੀ ਗਲਤੀ ਤੋਂ ਕੁਝ ਸਿੱਖਣਾ ਚਾਹੀਦਾ, ਚਾਹੇ ਉਹ ਕੋਈ ਵੀ ਸਿਖਾਏ। ਨਾਲੇ ਕੀ ਗਲਤ ਕਹਿ ਰਿਹਾ ਹੋ? ਮੈਨੂੰ ਵੀ ਲੱਗਦਾ ਆਪਣੀ ਸਿਹਤ ਦੀ ਤਾਂ ਤੂੰ ਫਿਕਰ ਕਰਨਾ ਹੀ ਭੁੱਲ ਗਿਆ। ਮੰਮੀ ਜੀ, ਤੁਹਾਨੂੰ ਲੱਗਦਾ ਹੈ ਨਾ ਮੈਨੂੰ ਤਾਂ ਇਹਨਾਂ ਨੂੰ ਸਿਹਤ ਦੀ ਬਿਲਕੁਲ ਫਿਕਰ ਨਹੀਂ ਹੈਗੀ ਹੈ? ਤਾਂ ਹੀ ਮੈਂ ਆਪਣੀ ਧੀ ਮੇਹਰ ਤੋਂ ਪਹਿਲਾਂ ਸਿਹਤ ਦਾ ਵਿਆਹ ਕਰਨਾ ਚਾਹੁੰਦੀ ਹਾਂ। ਅੱਜ ਮੁੰਡੇ ਵਾਲੇ ਆ ਰਹੇ ਨੇ, ਤਾਂ ਹੀ ਉਹਨੂੰ ਮੈਂ ਸੋਹਣੇ ਕੱਪੜੇ ਦਿੱਤੇ ਸੀ ਕਿ ਸੋਹਣੇ ਲੱਗੇ। ਕਮਾਲ ਹੈ ਮੰਮੀ, ਵਿਕਰਮ ਮਲਹੋਤਰਾ ਨਾਲ ਮੇਰਾ ਰਿਸ਼ਤਾ ਪੱਕਾ ਕਰਕੇ ਕਿਸੇ ਨੂੰ ਦੱਸਿਆ ਤੱਕ ਨਹੀਂ, ਤੇ ਇਹਨੂੰ ਘਰੋਂ ਕੱਢਣ ਦੀ ਅਨਾਊਂਸਮੈਂਟ ਪਹਿਲਾਂ ਹੀ ਕਰ ਦਿੱਤੀ। ਮੰਨ ਗਏ ਤੁਹਾਨੂੰ ਮੰਮੀ, ਇਸ ਸਿੰਪਲ ਪੋਤੀ ਵਾਸਤੇ ਨਾ ਮੈਂ ਬੜਾ ਟੌਪ ਦਾ ਰਿਸ਼ਤਾ ਲੱਭਿਆ, ਤੇ ਇਹਨੂੰ ਦੇਖੋ ਇਹ ਛੁਪ ਛੁਪ ਕੇ ਲੋਕਾਂ ਕੋਲ ਗਿਫਟ ਲੈਂਦੀ ਫਿਰਦੀ ਹੈ। ਤੇ ਤੂੰ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ, ਤੇਰੇ ਲਈ ਮੈਂ ਜਿਹੜਾ ਰਿਸ਼ਤਾ ਲਿਆਈ ਨਾ ਤੈਨੂੰ ਉਹਦੇ ਨਾਲ ਵਿਆਹ ਕਰਨਾ ਪੈਣਾ। ਫਿਰ ਕੀ ਹੋਇਆ ਜੋ 48 ਸਾਲ ਦਾ? 48 ਸਾਲ ਕੋਈ ਬਹੁਤ ਜ਼ਿਆਦਾ ਉਮਰ ਹੁੰਦੀ ਹੈ। ਹਾਂ, ਨਾਲੇ ਵੇਖਣ ਨੂੰ ਤਾਂ ਮਸਾ 35 ਕੁ ਦਾ ਹੀ ਲੱਗਦਾ। ਨਾਲੇ ਇੱਕ ਗੱਲ ਹੋਰ ਜਿਹੜੀ ਮੈਂ ਭੁੱਲ ਗਈ ਹਾਂ, ਉਹਦੇ ਇੱਕ ਬੱਚਾ ਵੀ ਹੈਗਾ, ਫਿਰ ਨਾ ਕਿ ਇਹ ਦੱਸਿਆ ਨਹੀਂ ਮੈਂ ਤੁਹਾਨੂੰ। ਨਾਲੇ ਮੈਂ ਸੁਣਿਆ ਕਿ ਉਹਨੇ ਆਪਣੀ ਪਹਿਲੀ ਘਰਵਾਲੀ ਨੂੰ ਬਹੁਤ ਹੀ ਖੁਸ਼ ਰੱਖਿਆ ਸੀ, ਇਹਨੂੰ ਵੀ ਰੱਖ ਹੀ ਲਏਗਾ। ਨਾਲੇ ਹਾਂ, ਸੁਭਾਅ ਤਾਂ ਉਹਦਾ ਚੰਗਾ ਹੈਗਾ ਹੀ ਹੈ, ਕਮਾਈ ਵੀ ਬਹੁਤ ਚੰਗੀ ਹੈ। 50,000 ਰੁਪਇਆ ਕਮਾਉਂਦਾ ਮਹੀਨੇ ਦਾ। 50,000 ਕੋਈ ਘੱਟ ਨਹੀਂ ਹੁੰਦਾ। ਤੂੰ ਇੱਦਾਂ ਕਰ ਗੁਰਲੀਨ, ਮੁੰਡਾ ਸੁਣਨ 'ਚ ਵੀ ਚੰਗਾ ਲੱਗ ਰਿਹਾ, ਮਹਿਰ ਨੇ ਵੇਖਿਆ ਵੀ ਹੋਇਆ, ਤੂੰ ਇੱਦਾਂ ਕਰ, ਮਹਿਰ ਦਾ ਵਿਆਹ ਕਰ ਦੇ ਉਹਦੇ ਨਾਲ। ਮੰਮੀ ਜੀ, ਹਰ ਗੱਲ ਨੂੰ ਗਲਤ ਤਰੀਕੇ ਨਾਲ ਲੈਣਾ ਜ਼ਰੂਰੀ ਤਾਂ ਨਹੀਂ। ਗੁਰਲੀਨ ਉਹਦੀ ਕੋਈ ਦੁਸ਼ਮਣ ਥੋੜ੍ਹੀ ਹੈ, ਮੰਨਿਆ ਤੁਹਾਨੂੰ ਲੱਗਦੀ ਹੋਊਗੀ, ਪਰ ਉਹਦਾ ਹਮੇਸ਼ਾ ਭਲਾ ਚਾਹੁੰਦੀ ਹੈ। ਯੂ ਨੋ ਵਟ, ਤੂੰ ਮੈਨੂੰ ਡਿਸਰਵ ਨਹੀਂ ਕਰਦੀ। ਇਹ ਮੁਲਾਕਾਤ ਆਪਣੀ ਆਖਰੀ ਮੁਲਾਕਾਤ ਹੈ। ਆਈ ਐਮ ਬ੍ਰੇਕਿੰਗ ਅਪ ਵਿਦ ਯੂ। ਜਿਹਨੂੰ ਮੈਂ ਚਾਹਿਆ, ਜਦੋਂ ਉਹੀ ਮੇਰੀ ਜ਼ਿੰਦਗੀ 'ਚ ਨਹੀਂ ਆ ਸਕਦਾ, ਫਿਰ ਕੋਈ ਵੀ ਆਵੇ ਕੀ ਫਰਕ ਪੈਂਦਾ? ਵੈਸੇ ਵੀ ਉਹਦਾ ਪਿਆਰ ਤਾਂ ਨਹੀਂ ਮਿਲਣਾ, ਪਰ ਜੇ ਇਸ ਘਰ ਨੂੰ ਜੋੜ ਕੇ ਰੱਖਾਂਗੀ ਤਾਂ ਇਹਨਾਂ ਦਾ ਪਿਆਰ ਤਾਂ ਪਾ ਹੀ ਲਾਂਗੀ ਨਾ। ਬੀਜੀ, ਮੰਮੀ ਜੋ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰ ਲੈਣ ਦਿਓ, ਮੈਨੂੰ ਉਹਨਾਂ ਦੀ ਸਾਰੀ ਗੱਲ ਮਨਜ਼ੂਰ ਹੈ। ਇਹ ਦਿਲੋਂ ਚੋਣੀ ਹੈ, ਕੋਤੋਂ ਉੱਤੋਂ ਕਹੀ ਜਾਣੀ, ਅਤੇ ਸ਼ਾਇਦ ਵੀ ਮੇਰੀਆਂ 3 ਕੁੜੀਆਂ ਹੋਰ ਨੇ, ਮੈਂ ਅਜੇ ਉਹਨਾਂ ਦੇ ਵੀ ਵਿਆਹ ਕਰਨੇ, ਅਤੇ ਕੱਲ੍ਹ ਨੂੰ ਜੇ ਕੋਈ ਉਲਟਾ ਸਿੱਧਾ ਕੀਤਾ ਨਾ ਫਿਰ ਦੇਖ ਲਈ। ਤੁਸੀਂ ਫਿਕਰ ਨਾ ਕਰੋ ਪਾਪਾ, ਮੈਂ ਤੁਹਾਡੀ ਇੱਜ਼ਤ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਹੈ। ਇੱਕ ਗੱਲ ਕਦੀ ਖੋਲ ਕੇ ਸੁਣ ਲੈ ਕਬੀਰ, ਜਿਸ ਵਿਆਹ ਦੇ ਰਸਤੇ 'ਚ ਆਉਣ ਦੀ ਕੋਸ਼ਿਸ਼ ਵੀ ਤੂੰ ਕੀਤੀ ਨਾ, ਤਾਂ ਫਿਰ ਤੋਂ ਬੁਰਾ ਕੋਈ ਨਹੀਂ ਹੋਊ। ਤੂੰ ਬਸ ਸੁਣਦੀ ਰਹੀ ਸਹਿਜ, ਕਦੇ ਕੁਛ ਬੋਲੀ ਨਾ। ਬੀਜੀ, ਤੁਸੀਂ ਕਿਉਂ ਇਹਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਨਾਲੇ ਬੀਜੀ, ਮਸਾ ਤਾਂ ਉਹਦੇ ਲਈ ਰਿਸ਼ਤਾ ਮਿਲਿਆ, ਤੁਸੀਂ ਜ਼ਰੂਰੀ ਖਰਾਬ ਕਰਨਾ।
ਤੇ ਨਾਲੇ ਤੂੰ ਸਹਿਜ ਮੇਰੀ ਗੱਲ ਧਿਆਨ ਨਾਲ ਸੁਣ। ਅੱਜ ਨਾ ਮੁੰਡੇ ਵਾਲਿਆਂ ਦੇ ਲਈ ਸਵਾਦ ਜਿਹਾ ਖਾਣਾ ਬਣਾਈ ਤਾਂ ਕਿ ਜੇ ਤੂੰ ਉਹਨਾਂ ਨੂੰ ਨਾ ਵੀ ਪਸੰਦ ਆਈ ਨਾ ਤਾਂ ਵੀ ਤੇਰੇ ਖਾਣੇ ਤੋਂ ਇੰਪ੍ਰੈਸ ਹੋ ਕੇ ਬਸ ਵਿਆਹ ਕਰਨ ਦੇ ਲਈ ਰਾਜ਼ੀ ਹੋ ਜਾਣ। ਸਮਝ ਗਈ? ਜਦੋਂ ਜਦੋਂ ਮੈਂ ਤੁਹਾਡੀ ਹਾਲਤ ਦੇਖਦੀ ਹਾਂ ਨਾ ਦੀ, ਮੈਂ ਸੋਚਦੀ ਹਾਂ ਕਾਸ਼ ਮੈਂ ਤੁਹਾਡੀ ਜਗ੍ਹਾ ਹੁੰਦੀ। ਤੁਸੀਂ ਮੇਰੀ ਜਗ੍ਹਾ ਮੰਮੀ ਦੇ ਪੇਟ ਚੋਂ ਜਨਮ ਲਿਆ ਹੁੰਦਾ। ਕਾਸ਼ ਤੁਹਾਡੇ ਦੁੱਖ ਰੱਬ ਨੇ ਮੇਰੇ ਨਾ ਕੀਤੇ ਹੁੰਦੇ। ਤੂੰ ਜ਼ਿਆਦਾ ਸੋਚ ਰਹੀ ਹੈ ਸਿੰਮੀ, ਮੈਂ ਠੀਕ ਹਾਂ। ਤੁਸੀਂ ਨਹੀਂ ਹੋ ਦੀ, ਤੁਸੀਂ ਨਹੀਂ ਹੋ। ਤੂੰ ਸਾਰਾ ਇਲਜ਼ਾਮ ਆਪਣੇ ਤੇ ਲੈ ਲਿਆ, ਤੇਰੀ ਤਾਂ ਕੋਈ ਗਲਤੀ ਵੀ ਨਹੀਂ ਸੀ। ਪਿਆਰ ਕੁਰਬਾਨੀਆਂ ਮੰਗਦਾ, ਮੈਂ ਤਾਂ ਬਸ ਉਹੀ ਕੁਰਬਾਨੀਆਂ ਦੇ ਰਿਹਾ ਸੀ। ਨਾਲੇ ਜੇ ਮੈਂ ਇੱਦਾਂ ਨਹੀਂ ਕਰੂੰਗਾ ਤਾਂ ਹੀ ਤਾਂ ਤੈਨੂੰ ਮੇਰੇ ਨਾਲ ਵਿਆਹ ਕਰਵਾਉਣ 'ਚ ਸਾਨੂੰ ਹੋਏਗੀ ਨਾ ਵੀਰਾ। ਸਹਿਜ, ਹਾਂ ਸਹਿਜ, ਪਰ ਸਹਿਜ ਮੈਨੂੰ ਨਾ ਤੇਰੀ ਗੱਲ ਸਮਝ ਨਹੀਂ ਆਉਂਦੀ। ਤੂੰ ਘਰ ਤੋਂ ਬਾਅਦ ਸਾਰੀ ਦੁਨੀਆਂ ਨਾਲ ਲੜ ਪੈਂਦੀ ਹੈ, ਫਿਰ ਘਰ ਜਾ ਕੇ ਤੈਨੂੰ ਕੀ ਹੋ ਜਾਂਦਾ? ਇੱਥੇ ਤੇਰੀ ਕਿਸੇ ਸਾਹਮਣੇ ਵੀ ਆਵਾਜ਼ ਨਹੀਂ ਖੁੱਲਦੀ। ਤੂੰ ਆਪ ਹੀ ਤਾਂ ਕਹਿੰਦੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਤਾਂ ਫਿਰ ਕਿਉਂ ਸਹਿਣੀ ਹੈ? ਵੀਰੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਲੋਕਾਂ ਦੀ ਭਲਾਈ ਲਈ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਸੀਸ ਕਟਵਾਉਣ ਲਈ ਭੇਜ ਦਿੱਤਾ ਸੀ ਤੇ ਉਹ ਜ਼ੁਲਮ ਗੁਰੂ ਤੇਗ ਬਹਾਦਰ ਜੀ ਨੇ ਪਤਾ ਹੈ ਕਿਉਂ ਸਿਹਾ? ਕਿਉਂਕਿ ਉਹ ਸਮਝੇ ਕਿੰਨੇ ਲੋਕਾਂ ਦੀ ਭਲਾਈ ਸੀ। ਕਦੇ ਕਦੇ ਨਾ ਆਪਣਿਆਂ ਨੂੰ ਪ੍ਰੋਟੈਕਟ ਕਰਨ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਇੱਕ ਦੀ ਤਕਲੀਫ ਸਹਿਣ ਨਾਲ ਤੇ ਜ਼ਿਆਦਾ ਲੋਕ ਆਰਾਮ ਨਾਲ ਜੀ ਸਕਣ ਤੇ ਸਹਿ ਲੈਣੀ ਚਾਹੀਦੀਆਂ ਨੇ। ਜਦੋਂ ਵੀਰਾ ਇਸ ਘਰ ਤੋਂ ਗਿਆ ਤਾਂ ਮੇਰੀਆਂ ਤਿੰਨ ਭੈਣਾਂ ਆ ਗਈਆਂ। ਮੈਂ ਚਾਹੁੰਦੀ ਹਾਂ ਜਦੋਂ ਉਹ ਵਾਪਸ ਆਏ ਤਾਂ ਦੇਖੇ ਕਿ ਮੈਂ ਇਸ ਪਰਿਵਾਰ ਨੂੰ ਕਿੰਨਾ ਖੁਸ਼ ਰੱਖਿਆ ਹੋਇਆ ਜਿੱਦਾਂ ਉਹਨਾਂ ਨੇ ਮੈਨੂੰ ਸਿਖਾਇਆ ਸੀ। ਠੀਕ, ਤੂੰ ਰੱਖ ਆਪਣੇ ਪਰਿਵਾਰ ਨੂੰ ਖੁਸ਼ ਤੇ ਤੈਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਮੇਰੀ। ਹਾਂ ਪਰ ਤੂੰ ਇਹ ਹੱਕ ਤਾਂ ਉਸ ਵਿਕਰਮ ਨੂੰ ਦਿੱਤਾ ਹੋਇਆ ਨਾ ਤੇ ਉੱਪਰੋਂ ਉਹ ਬੇਵਕੂਫ ਤੈਨੂੰ ਮੁਸੀਬਤ 'ਚ ਪਾਉਣ ਲਈ ਪਿਛਲੇ ਦਰਵਾਜ਼ੇ ਤੋਂ ਅੰਦਰ ਆ ਗਿਆ। ਹੁਣ ਨਹੀਂ ਆਏਗਾ ਉਹ। ਮਤਲਬ? ਅੱਜ ਵੀ ਰਿਸ਼ਤਾ ਤੋੜਨ ਆਇਆ ਸੀ। ਕੀ? ਉਹਨੇ ਤੇਰੇ ਨਾਲ ਰਿਸ਼ਤਾ ਨਹੀਂ ਤੇਰਾ ਦਿਲ ਤੋੜਿਆ ਸੀ ਅੱਜ। ਮੈਂ ਕਿਹੜਾ ਇਸ ਦੁਨੀਆਂ 'ਚ ਇਕੱਲੀ ਹਾਂ ਜਦੋਂ ਦਿਲ ਟੁੱਟਿਆ। ਸੱਚੇ ਦਿਲੋਂ ਲਾਉਣ ਵਾਲੇ ਨਾਲ ਆਹੀ ਤਾਂ ਹੁੰਦਾ। Yes, sir. No, sir. Veera, get ready for mission.
ਓਕੇ ਸਰ। ਸਹਿਜ ਸਹਿਜ ਦੇ ਰੋਣ ਦਾ ਟਾਈਮ ਗਿਆ, ਹੁਣ ਵੀਰਾ ਦੇ ਚਾਰਜ ਲੈਣ ਦਾ ਟਾਈਮ ਹੈ।